ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੈਂ ਹਾਂ ਮੋਹਿਤ ਰੂਬਲ ਪੰਜਾਬ ਮੇਲ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਪੰਜਾਬ ਮੇਲ ਖਬਰਾਂ ਦੇ ਸਪੌਂਸਰ ਨੇ ਰੀਅਲ ਸਟੇਟ ਬ੍ਰੋਕਰ ਮੋਹਨ ਚੀਮਾ ਰੀਅਲ ਸਟੇਟ ਦੀ ਦੁਨੀਆ ਦਾ ਮੰਨਿਆ ਪਰਮੰਨਿਆ ਨਾਮ ਅਤੇ ਹੁਣ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ ਬੇਅੰਤ ਸਿੰਘ ਮਾਮਲਾ ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਰਾਜੋਆਣਾ ਦੀ ਮੌਤ ਦੀ ਸਜ਼ਾ ਘਟਾਉਣ ਦੀ ਅਪੀਲ ਉੱਤੇ 26 ਜਨਵਰੀ ਤੱਕ ਕਰੋ ਫੈਸਲਾ ਬੈਠਕ ਤੋਂ ਪਹਿਲਾਂ ਕਿਸਾਨ ਆਗੂ ਨੇ ਕਿਹਾ ਕਾਨੂੰਨ ਵਾਪਸ ਲਈ ਸਰਕਾਰ ਨਹੀਂ ਤਾਂ ਜਾਰੀ ਰਹੇਗਾ ਸੰਘਰਸ਼ ਕਿਸਾਨਾਂ ਨੇ 8 ਜਨਵਰੀ ਦੀ ਮੀਟਿੰਗ ਤੋਂ ਪਹਿਲਾਂ ਟਰੈਕਟਰ ਮਾਰਚ ਨਾਲ ਦਿਖਾਇਆ ਦਮ ਐਥਲੀਟ ਗੁਰ ਅੰਮ੍ਰਿਤ ਸਿੰਘ ਨੇ ਦਿੱਤਾ ਕਿਸਾਨਾਂ ਦਾ ਸਾਥ ਫਿਰੋਜ਼ਪੁਰ ਤੋਂ ਪੈਦਲ ਦੌੜ ਲਗਾਉਂਦੇ ਹੋਏ ਸਿੰਘੂ ਬਾਰਡਰ ਲਈ ਹੋਇਆ ਰਵਾਨਾ ਟੀਕਾਕਰਨ ਮੁਹਿੰਮ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਕੋਵਿਡ-19 ਟੀਕੇ ਦਾ ਚੱਲ ਰਿਹਾ ਦੂਜਾ ਡਰਾਈ ਰਨ ਕਾਮੇਡੀ ਕਿੰਗ ਕਪਿਲ ਸ਼ਰਮਾ ਤੋਂ ਕਾਰ ਡਿਜ਼ਾਈਨਰ ਨੇ ਠੱਗੇ 5.5 ਕਰੋੜ ਰੁਪਏ ਟਰੰਪ ਨੇ ਦਿਖਾਇਆ ਦੋਗਲਾ ਰੁੱਖ ਹੁਣ ਸੰਸਦ ਉੱਤੇ ਹਿੰਸਾ ਦੀ ਕੀਤੀ ਸਖ਼ਤ ਨਿੰਦਾ ਅਮਰੀਕਾ ਦੇ 4 ਸਾਬਕਾ ਰਾਸ਼ਟਰਪਤੀ ਨੇ ਘੇਰਿਆ ਟਰੰਪ ਕਿਹਾ ਸ਼ਾਂਤਮਈ ਢੰਗ ਨਾਲ ਸੱਤਾ ਕਰਨ ਤਬਦੀਲ ਪੇਸ਼ ਨੇ ਹੁਣ ਖਬਰਾਂ ਵਿਸਤਾਰ ਨਾਲ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ ਨੂੰ 26 ਜਨਵਰੀ ਤੱਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਬਲਵੰਤ ਸਿੰਘ ਰਾਜੋਆਣਾ ਵੱਲੋਂ ਮੌਤ ਦੀ ਸਜ਼ਾ ਨੂੰ ਘਟਾਉਣ ਲਈ ਦਿੱਤੀ ਪਟੀਸ਼ਨ ਦਾ ਫੈਸਲਾ ਸੁਣਾਉਣ ਲਈ ਕਿਹਾ 1995 ਵਿੱਚ ਬੇਅੰਤ ਸਿੰਘ ਦੀ ਹੱਤਿਆ ਦਾ ਦੋਸ਼ੀ ਰਾਜੋਆਣਾ 25 ਸਾਲਾਂ ਤੋਂ ਆਪਣੀ ਸਜ਼ਾ ਕੱਟ ਰਿਹਾ ਦੱਸਣਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ 16 ਹੋਰ ਲੋਕ 1995 ਵਿੱਚ ਚੰਡੀਗੜ੍ਹ ਵਿੱਚ ਸਿਵਲ ਸੈਕਟਰੇਟ ਦੇ ਬਾਹਰ ਹੋਏ ਇੱਕ ਧਮਾਕੇ ਵਿੱਚ ਮਾਰੇ ਗਏ ਸਨ ਰਾਜੋਆਣਾ ਨੂੰ 2007 ਵਿੱਚ ਇੱਕ ਵਿਸ਼ੇਸ਼ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ ਸੰਵਿਧਾਨ ਦੀ ਧਾਰਾ 72 ਅਧੀਨ ਪਿਛਲੇ 8 ਸਾਲਾਂ ਤੋਂ ਉਸਨੇ ਰਹਿਮ ਦੀ ਅਪੀਲ ਕੀਤੀ ਹੋਈ ਹੈ ਚੀਫ ਜਸਟਿਸ ਆਫ ਇੰਡੀਆ ਦੇ ਐਸ.ਏ. ਭੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਹ ਫੈਸਲਾ ਗਣਤੰਤਰ ਦਿਵਸ ਤੋਂ ਪਹਿਲਾਂ ਲਿਆ ਜਾਣਾ ਸੀ ਉਹਨਾਂ ਕੇਂਦਰ ਨੂੰ ਇਸ ਪ੍ਰਕਿਰਿਆ ਨੂੰ 26 ਜਨਵਰੀ ਤੋਂ ਪਹਿਲਾਂ ਪੂਰੀ ਕਰਨ ਲਈ 2 ਤੋਂ 3 ਹਫ਼ਤਿਆਂ ਦਾ ਸਮਾਂ ਦਿੱਤਾ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 4 ਦਸੰਬਰ ਨੂੰ ਰਾਜੋਆਣਾ ਦੀ ਮੌਤ ਦੀ ਸਜ਼ਾ ਕੱਟਣ ਲਈ ਰਾਸ਼ਟਰਪਤੀ ਨੂੰ ਪ੍ਰਸਤਾਵ ਭੇਜਣ 'ਚ ਦੇਰੀ ਹੋਣ ਉੱਤੇ ਕੇਂਦਰ ਤੋਂ ਪੁੱਛਗਿੱਛ ਕੀਤੀ ਸੀ ਟਰੈਕਟਰ ਰੈਲੀ ਵਿੱਚ ਤਾਕਤ ਦਿਖਾਉਣ ਤੋਂ ਬਾਅਦ ਕਿਸਾਨੀ ਆਗੂ ਅੱਜ ਇੱਕ ਵਾਰ ਫੇਰ ਸਰਕਾਰ ਨਾਲ ਗੱਲਬਾਤ ਲਈ ਮੇਜ਼ ਉੱਤੇ ਇਕੱਠੇ ਹੋਏ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਅੱਜ ਭਾਰਤ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਵਿਚਾਰ ਵਟਾਂਦਰੇ ਹੋਏ ਪਰ ਗੱਲਬਾਤ ਤੋਂ ਇੱਕ ਦਿਨ ਪਹਿਲਾਂ ਕਿਸਾਨਾਂ ਨੇ ਇੱਕ ਵੱਡੀ ਟਰੈਕਟਰ ਰੈਲੀ ਕੱਢੀ ਹੈ ਅਤੇ ਅੰਦੋਲਨ ਬਾਰੇ ਸਰਕਾਰ ਦੇ ਸਾਹਮਣੇ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਕਿਸਾਨਾਂ ਦੇ ਅੰਦੋਲਨ ਦਾ ਅੱਜ 44ਵਾਂ ਦਿਨ ਹੈ ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਉੱਤੇ ਡਟੇ ਹੋਏ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪੰਜਾਬ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਦਾ ਕਹਿਣਾ ਹੈ ਕਿ ਅਸੀਂ ਉਮੀਦ ਲੈ ਕੇ ਜਾ ਰਹੇ ਹਾਂ ਕਿ ਸਰਕਾਰ ਕੁਝ ਨਾ ਕੁਝ ਜ਼ਰੂਰ ਕਰੇਗੀ ਕਿਉਂਕਿ ਇਹ ਬਹੁਤ ਲੰਮਾ ਸਮਾਂ ਹੋ ਚੁੱਕਿਆ ਹੈ ਅਤੇ ਜੋ ਕੱਲ੍ਹ ਅਸੀਂ ਟਰੈਕਟਰ ਪਰੇਡ ਕੱਢੀਏ ਉਹ ਵੀ ਬਹੁਤ ਸਫਲ ਰਹੀ ਹੈ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ ਇੱਕਜੁੱਟ ਹੈ ਅਤੇ ਆਪਣੀ ਲਹਿਰ ਤੋਂ ਪਿੱਛੇ ਹਟਣ ਵਾਲੀ ਨਹੀਂ ਹੈ ਸਾਰੇ 3 ਕਾਨੂੰਨ ਰੱਦ ਕੀਤੇ ਜਾਣ ਚਾਹੀਦੇ ਨੇ ਅਤੇ MSP ਗਰੰਟੀ ਐਕਟ ਬਣਨਾ ਚਾਹੀਦਾ ਹੈ ਇਸ ਤੋਂ ਕੁਝ ਵੀ ਘੱਟ ਨਹੀਂ ਚੱਲੇਗਾ ਚਾਹੇ ਸੰਘਰਸ਼ ਕਿੰਨਾ ਚਿਰ ਵੀ ਕਿਉਂ ਨਾ ਚੱਲੇ ਸਰਕਾਰ ਨਾਲ ਭਲਕੇ ਵਾਰਤਾ ਦੇ ਅਗਲੇ ਗੇੜ ਤੋਂ ਇੱਕ ਦਿਨ ਪਹਿਲਾਂ ਕੱਲ੍ਹ ਹਜ਼ਾਰਾਂ ਕਿਸਾਨਾਂ ਨੇ ਸਿੰਘੂ ਟਿਕਰੀ ਗਾਜ਼ੀਪੁਰ ਅਤੇ ਭਲਵਲ ਬਾਰਡਰਾਂ ਉੱਤੇ ਹਰਿਆਣਾ ਦੇ ਰਿਵਾਸਨ ਤੋਂ ਦਿੱਲੀ ਦੇ ਚੁਫੇਰੇ ਟਰੈਕਟਰ ਪਰੇਡ ਮਾਰਚ ਕੱਢਿਆ ਅਤੇ ਖੇਤੀ ਕਾਨੂੰਨ ਵਾਪਸ ਲੈਣ ਲਈ ਦਬਾਅ ਪਾਇਆ ਕਿਸਾਨ ਜਥੇਬੰਦੀਆਂ ਮੁਤਾਬਕ ਜੇਕਰ ਸਰਕਾਰ ਨੇ ਉਹਨਾਂ ਦੀ ਮੰਗਾਂ ਨਾ ਮੰਨੀਆਂ ਤਾਂ 26 ਜਨਵਰੀ ਨੂੰ ਪੰਜਾਬ ਹਰਿਆਣਾ UP ਅਤੇ ਹੋਰ ਸੂਬਿਆਂ ਦੇ ਕਿਸਾਨ ਦਿੱਲੀ ਵਿੱਚ ਰਾਜਪਥ ਉੱਤੇ ਟਰੈਕਟਰਾਂ ਨਾਲ ਪਰੇਡ ਕਰਨਗੇ ਉਹਨਾਂ ਨੇ ਕਿਹਾ ਕਿ ਇਹ ਤਾਂ ਝਲਕ ਮਾਤਰ ਹੈ ਅਤੇ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਨੇ ਕੁੰਡਲੀ ਮਨੇਸਰ ਪਰਵਲ ਮਾਰਗ ਉੱਪਰ ਕੱਲ੍ਹ ਹਜ਼ਾਰਾਂ ਟਰੈਕਟਰਾਂ ਨਾਲ ਮਾਰਚ ਕੱਢ ਕੇ ਦਮਖਮ ਦਿਖਾਇਆ ਨੌਜਵਾਨਾਂ ਨੇ ਟਰੈਕਟਰ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਦੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਜ਼ੋਰ ਸ਼ੋਰ ਨਾਲ ਉਠਾਈ ਟਰੈਕਟਰਾਂ ਦੀਆਂ ਆਵਾਜ਼ਾਂ ਨੌਜਵਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਕੀਤੀ ਗਈ ਨਾਅਰੇਬਾਜ਼ੀ ਨੂੰ ਦੇਖਣ ਲਈ ਰਾਹਗੀਰ ਮਾਰਗ ਦੇ ਕਿਨਾਰਿਆਂ ਉੱਤੇ ਖੜ੍ਹੇ ਹੋ ਗਏ ਆਗੂਆਂ ਨੇ ਮਾਰਚ ਵਿੱਚ 8,000 ਤੋਂ ਵੱਧ ਟਰੈਕਟਰਾਂ ਦੇ ਹਿੱਸਾ ਲੈਣ ਦਾ ਦਾਅਵਾ ਕੀਤਾ ਹਰੇਕ ਟਰੈਕਟਰ ਉੱਤੇ 3 ਤੋਂ 5 ਵਿਅਕਤੀ ਬੈਠੇ ਹੋਏ ਸਨ ਟਰੈਕਟਰਾਂ ਉੱਪਰ ਕਿਸਾਨ ਯੂਨੀਅਨਾਂ ਦੇ ਝੰਡੇ ਸਮੇਤ ਕੌਮੀ ਤਿਰੰਗੇ ਝੰਡੇ ਅਤੇ ਕੇਸਰੀ ਝੰਡੇ ਵੀ ਦੇਖੇ ਗਏ ਕਾਰਾਂ ਅਤੇ ਹੋਰਾਂ ਵਾਹਨਾਂ ਵਿੱਚ ਵੀ ਔਰਤਾਂ ਅਤੇ ਮਰਦ ਸਵਾਰ ਹੋ ਕੇ ਟਰੈਕਟਰ ਮਾਰਚ ਦਾ ਹਿੱਸਾ ਬਣੇ ਕਿਸਾਨ ਆਗੂ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਰਿਹਰਸਲ ਪਰੇਡ ਨੇ ਵੱਡਾ ਪ੍ਰਭਾਵ ਪਾਇਆ ਅਤੇ 8,000 ਤੋਂ ਵੱਧ ਟਰੈਕਟਰ ਦੋਵੇਂ ਸੜਕਾਂ ਉੱਤੇ ਉਤਰੇ ਜੇਕਰ ਕੇਂਦਰ ਸਰਕਾਰ ਨਾ ਜਾਗੀ ਤਾਂ 26 ਜਨਵਰੀ ਨੂੰ ਇਸ ਤੋਂ ਕਿਤੇ ਵੱਡੀ ਟਰੈਕਟਰ ਪਰੇਡ ਮਾਰਚ ਦਿੱਲੀ ਦੇ ਅੰਦਰ ਕੱਢਿਆ ਜਾਵੇਗਾ ਇਹ ਤਾਂ ਸਿਰਫ ਝਲਕ ਸੀ ਉਹਨੇ ਕਿਹਾ ਕਿ ਅਡਾਨੀ ਅੰਬਾਨੀ ਵਰਗੇ ਵੱਡੇ ਕਾਰਪੋਰੇਟ ਸਮੂਹਾਂ ਖਿਲਾਫ ਨੌਜਵਾਨਾਂ ਵਿੱਚ ਰੋਸ ਹੈ ਉਹਨਾਂ ਕਿਹਾ ਕਿ ਜਿਸ ਢੰਗ ਨਾਲ ਕੇਂਦਰ ਨੇ ਖੇਤੀ ਕਾਨੂੰਨ ਗੈਰ ਜਮਹੂਰੀ ਤਰੀਕੇ ਨਾਲ ਕਿਸਾਨਾਂ ਉੱਤੇ ਥੋਪੇ ਨੇ ਉਹਨਾਂ ਖਿਲਾਫ ਦੇਸ਼ ਦੇ ਕਿਸਾਨ ਜਾਗ ਪਏ ਨੇ
ਪੰਜਾਬ ਦੇ ਇੱਕ ਹੋਰ ਕੈਬਨਿਟ ਮੰਤਰੀ ਭ੍ਰਿਸ਼ਟਾਚਾਰ ਦੇ ਆਰੋਪਾਂ ਵਿੱਚ ਘਿਰ ਗਏ ਨੇ। ਸਾਬਕਾ ਕੈਬਨਿਟ ਮੰਤਰੀ ਤਿਕਸ਼ਣ ਸੂਦ ਨੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਉੱਤੇ ਦੋਸ਼ ਲਾਇਆ ਕਿ ਮੋਹਾਲੀ ਵਿੱਚ 31 ਏਕੜ ਜ਼ਮੀਨ ਨੂੰ ਸਿੰਗਲ ਨਿਲਾਮੀ ਉੱਤੇ ਆਪਣੇ ਨਜ਼ਦੀਕੀਆਂ ਦੀਆਂ ਕੰਪਨੀਆਂ ਨੂੰ ਰਿਜ਼ਰਵ ਪ੍ਰਾਈਸ ਉੱਤੇ ਦਿੱਤਾ ਗਿਆ, ਜਦਕਿ PSICC ਦੀ ਬੋਰਡ ਆਫ ਡਾਇਰੈਕਟਰ ਦੀ ਮੈਂਬਰ IRS ਸੁਰਿੰਦਰ ਕੌਰ ਵੜੈਚ ਨੇ ਬੈਠਕ ਦੌਰਾਨ ਹੀ AG ਅਤੇ ਫਾਈਨਾਂਸ ਵਿਭਾਗ ਤੋਂ ਰਾਏ ਲੈਣ ਲਈ ਕਿਹਾ ਸੀ। ਇਸ ਸੰਬੰਧ ਵਿੱਚ ਉਹਨਾਂ ਨੇ PSICC ਦੇ ਚੇਅਰਮੈਨ ਨੂੰ ਸਰਕਾਰੀ ਤੌਰ ਉੱਤੇ ਚਿੱਠੀ ਵੀ ਲਿਖੀ ਸੀ। ਸੂਦ ਨੇ ਦਾਅਵਾ ਕੀਤਾ ਕਿ 350 ਕਰੋੜ ਰੁਪਏ ਦਾ ਘੁਟਾਲਾ ਹੈ, ਇਸ ਦੀ ED ਜਾਂ CBI ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿਉਂਕਿ ਇਸ ਵਿੱਚ ਵੱਡੇ ਪੱਧਰ ਉੱਤੇ ਵਿੱਤੀ ਘੁਟਾਲਾ ਹੋਇਆ। ਕਿਸਾਨ ਅੰਦੋਲਨ ਦਾ ਅੱਜ 44ਵਾਂ ਦਿਨ ਹੈ। 7 ਗੇੜ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਵੀ ਸਰਕਾਰ ਅਤੇ ਕਿਸਾਨਾਂ ਦਰਮਿਆਨ ਡੈੱਡ ਲੋਕ ਬਣਿਆ ਹੋਇਆ। ਸਰਕਾਰ ਕਾਨੂੰਨਾਂ ਵਿੱਚ ਸੋਧ ਕਰਨਾ ਚਾਹੁੰਦੀ ਹੈ ਤਾਂ ਕਿਸਾਨ ਐਣਾਂ ਨੂੰ ਰੱਦ ਕਰਵਾਉਣ ਉੱਤੇ ਅੜੇ ਹੋਏ ਨੇ। ਕਿਸਾਨਾਂ ਨੂੰ ਅੰਦੋਲਨ ਵਿੱਚ ਲਗਾਤਾਰ ਸਮਰਥਨ ਮਿਲ ਰਿਹਾ, ਹਰ ਕੋਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸਾਨਾਂ ਦਾ ਸਾਥ ਦੇ ਰਿਹਾ ਹੈ ਤੇ ਉਹਨਾਂ ਦੇ ਸਮਰਥਨ ਲਈ ਅੱਗੇ ਆ ਰਿਹਾ। ਕਿਸਾਨ ਦੀ ਹਮਾਇਤ ਵਿੱਚ ਪਿੰਡ ਮਹਿਮਾ ਦਾ ਐਥਲੀਟ ਗੁਰ ਅਮਰਿਤ ਸਿੰਘ ਵੀਰਵਾਰ ਸਿੰਘੂ ਸਰਹੱਦ ਵੱਲ ਦੌੜ ਲਗਾ ਕੇ ਜਾਣ ਲਈ ਰਵਾਨਾ ਹੋ ਗਿਆ। ਉਸ ਨੇ ਆਪਣੀ ਦੌੜ ਦੀ ਸ਼ੁਰੂਆਤ ਫਿਰੋਜ਼ਪੁਰ ਦੇ ਇਤਿਹਾਸਿਕ ਗੁਰਦੁਆਰਾ ਸਾਰਾਗਾੜੀ ਸਾਹਿਬ ਤੋਂ ਕੀਤੀ। ਪ੍ਰਤੀ ਦਿਨ ਸਵੇਰੇ 4 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲ ਕੇ ਉਹ ਲਗਭਗ 100 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰੇਗਾ। ਸਿੰਘੂ ਸਰਹੱਦ ਉੱਤੇ 425 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਿੱਚ ਉਸਨੂੰ 4 ਦਿਨ ਲੱਗਣਗੇ। ਇਹ ਨੌਜਵਾਨ ਫਿਰੋਜ਼ਪੁਰ ਤੋਂ ਤੁਰ ਕੇ ਮੋਗਾ, ਲੁਧਿਆਣਾ, ਅੰਬਾਲਾ, ਕਰਨਾਲ ਅਤੇ ਪਾਣੀਪਤ ਦੇ ਰਸਤੇ ਸਿੰਘੂ ਬਾਰਡਰ ਉੱਤੇ ਪਹੁੰਚੇਗਾ। ਗੁਰਅਮ੍ਰਿਤ 6 ਸਟੇਟਾਂ ਦੀਆਂ ਮੈਰਾਥਨ ਵਿੱਚ ਹਿੱਸਾ ਲੈ ਚੁੱਕਿਆ। COVID-19 ਟੀਕੇ ਦੀ ਰੋਲ ਆਊਟ ਤੋਂ ਪਹਿਲਾਂ ਦੂਸਰੇ ਡਰਾਈ ਰਨ ਲਈ ਸ਼ੁੱਕਰਵਾਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਟੀਕੇ ਦੀ ਸਹਿਜ ਰਹਿਤ ਆਖਰੀ ਮੀਲ ਦੀ ਸਪੁਰਦਗੀ ਨੂੰ ਯਕੀਨੀ ਬਣਾਇਆ ਜਾਵੇਗਾ। ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ 2 ਕੋਰੋਨਾ ਵਾਇਰਸ ਟੀਕਿਆਂ ਨੂੰ ਸੀਮਿਤ ਵਰਤੋਂ ਲਈ ਪ੍ਰਵਾਨਗੀ ਦੇ ਦਿੱਤੀ ਹੈ। ਕੇਂਦਰ ਸਰਕਾਰ ਜਨਵਰੀ ਦੇ ਅੱਧ ਤੋਂ ਇਹ ਟੀਕਾ ਮੁਹਿੰਮ ਸ਼ੁਰੂ ਕਰਨ ਦੀ ਉਮੀਦ ਕਰ ਰਹੀ ਹੈ। ਪਹਿਲਾ ਡਰਾਈ ਰਨ 28 ਅਤੇ 29 ਦਸੰਬਰ ਨੂੰ 2 ਜ਼ਿਲ੍ਹਿਆਂ ਵਿੱਚ ਕੀਤੀ ਗਈ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ COVID-19 ਨੋਡਲ ਅਧਿਕਾਰੀ ਡਾਕਟਰ ਰਾਜੇਸ਼ ਭਾਸਕਰ ਨੇ ਦੱਸਿਆ ਕਿ ਇਹ ਮੁਹਿੰਮ ਹਰੇਕ ਜ਼ਿਲ੍ਹੇ ਦੇ 3 ਥਾਵਾਂ, ਜ਼ਿਲ੍ਹਾ ਹਸਪਤਾਲ, ਨਿੱਜੀ ਸਿਹਤ ਸਹੂਲਤਾਂ ਅਤੇ ਪੇਂਡੂ ਖੇਤਰ ਵਿੱਚ ਸਿਹਤ ਕੇਂਦਰ ਉੱਤੇ ਚਲਾਈ ਜਾਵੇਗੀ। ਲਾਭਪਾਤਰੀਆਂ ਦੇ ਡਾਟਾ ਅਪਲੋਡ, ਸੈਸ਼ਨ ਸਾਈਡ ਐਲੋਕੇਸ਼ਨ, ਸੈਸ਼ਨ ਸਾਈਡ ਮੈਨੇਜਮੈਂਟ ਤੋਂ ਲੈ ਕੇ ਰਿਪੋਰਟਿੰਗ ਅਤੇ ਡੀਪ ਬਰੀਫਿੰਗ ਤੱਕ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਡਰਾਈ ਰਨ ਵਿੱਚ ਸ਼ਾਮਲ ਕੀਤਾ ਜਾਵੇਗਾ। ਕਾਮੇਡੀ ਕਿੰਗ ਕਪਿਲ ਸ਼ਰਮਾ ਤੋਂ ਇੱਕ ਕਾਰ ਡਿਜ਼ਾਈਨਰ ਨੇ 5.5 ਕਰੋੜ ਰੁਪਏ ਠੱਗ ਲਏ ਨੇ। ਕਪਿਲ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੇ ਕਾਰ ਡਿਜ਼ਾਈਨਰ ਦਲੀਪ ਛਾਬੜੀਆ ਨੂੰ ਆਪਣੀ ਵੈਨਿਟੀ ਵੈਨ ਡਿਜ਼ਾਈਨ ਕਰਨ ਲਈ ਕਿਹਾ ਸੀ। ਪੇਮੈਂਟ ਕਰਨ ਦੇ ਬਾਵਜੂਦ ਉਹਨਾਂ ਨੇ ਉਸਦੀ ਗੱਡੀ ਡਿਲੀਵਰ ਨਹੀਂ ਕੀਤੀ। ਕਪਿਲ ਸ਼ਰਮਾ ਨੇ ਦੱਸਿਆ ਕਿ ਮੈਂ ਦਲੀਪ ਛਾਬੜੀਆ ਅਤੇ ਉਸਦੇ ਕਪਲੇ ਬਾਰੇ ਜਦੋਂ ਅਖਬਾਰ ਵਿੱਚ ਪੜ੍ਹਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਠੱਗ ਲਿਆ ਗਿਆ। ਉਸ ਤੋਂ ਬਾਅਦ ਮੈਂ ਮੁੰਬਈ ਪੁਲਿਸ ਕਮਿਸ਼ਨਰ ਨਾਲ ਮਿਲ ਕੇ ਸ਼ਿਕਾਇਤ ਦੇਣ ਦਾ ਫੈਸਲਾ ਕੀਤਾ। ਵੀਰਵਾਰ ਨੂੰ ਸੈਂਟਰਲ ਇੰਟੈਲੀਜੈਂਸ ਯੂਨਿਟ ਦੇ API ਸਚਿਨ ਵਾਜੇ ਨੇ ਮੁੰਬਈ ਪੁਲਿਸ ਵੱਲੋਂ ਜ਼ਬਤ ਕੀਤੀਆਂ ਗਈਆਂ ਗੱਡੀਆਂ ਦੇ ਜਾਲੀ ਨੰਬਰ ਬਾਰੇ ਕਪਿਲ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਉਹਨਾਂ ਕਾਰ ਡਿਜ਼ਾਈਨਰ ਦਲੀਪ ਛਾਬੜੀਆ ਵਿਰੁੱਧ ਆਪਣਾ ਬਿਆਨ ਦਰਜ ਕਰ ਦਿੱਤਾ। ਅਮਰੀਕੀ ਕੈਪੀਟਲ ਪੁਲਿਸ ਨੇ ਵੀਰਵਾਰ ਦੇਰ ਰਾਤ ਸੱਟਾ ਲੱਗਣ ਕਾਰਨ ਉਹਨਾਂ ਦੇ ਇੱਕ ਅਧਿਕਾਰੀ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ, ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਰਥਕਾਂ ਦੀ ਭੀੜ ਨੇ 1 ਦਿਨ ਪਹਿਲਾਂ ਰਾਜਧਾਨੀ ਉੱਤੇ ਹਮਲਾ ਕੀਤਾ ਸੀ। ਕੈਪੀਟਲ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਫਸਰ ਬ੍ਰਾਇਨ ਡੀ ਸਿਕਨਿਕ ਦੀ ਮੌਤ ਕਰੀਬ 9:30 ਵਜੇ ਹੋਈ ਹੈ। ਮੌਤ ਦੀ ਜਾਂਚ DC ਮੈਟਰੋਪੋਲੀਟਨ ਪੁਲਿਸ ਵਿਭਾਗ ਦੀ ਕਤਲੇਆਮ ਸ਼ਾਖਾ, US ਕੈਪੀਟਲ ਪੁਲਿਸ ਅਤੇ ਉਹਨਾਂ ਦੇ ਸੰਗੀ ਭਾਈਵਾਲ ਕਰ ਰਹੇ ਨੇ। ਅਮਰੀਕਾ ਦੀ ਸੰਸਦ ਉੱਤੇ ਟਰੰਪ ਸਮਰਥਕਾਂ ਦੇ ਹਿੰਸਕ ਪ੍ਰਦਰਸ਼ਨ ਦੌਰਾਨ ਹੁਣ ਰਾਸ਼ਟਰਪਤੀ ਟਰੰਪ ਨੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਟਰੰਪ ਨੇ ਵੀਡੀਓ ਸੰਦੇਸ਼ ਜਾਰੀ ਕਰਦਿਆਂ ਵੀਰਵਾਰ ਨੂੰ ਕਿਹਾ ਕਿ ਉਹਨਾਂ ਦਾ ਧਿਆਨ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡਨ ਨੂੰ ਸੱਤਾ ਤਬਦੀਲ ਕਰਨ ਉੱਤੇ ਹੈ। ਅਮਰੀਕੀ ਸੰਸਦ ਵੱਲੋਂ ਬੁੱਧਵਾਰ ਨੂੰ ਬਾਈਡਨ ਦੀ ਜਿੱਤ ਦੀ ਪੁਸ਼ਟੀ ਕਰਨ ਦੇ ਬਾਅਦ ਟਰੰਪ ਸਮਰਥਕਾਂ ਨੇ ਅਮਰੀਕੀ ਸੰਸਦ ਦੀ ਘੇਰਾਬੰਦੀ ਕੀਤੀ ਅਤੇ ਇਮਾਰਤ ਅੰਦਰ ਦਾਖਲ ਹੋ ਕੇ ਪੁਲਿਸ ਨਾਲ ਹਿੰਸਕ ਝੜਪ ਕੀਤੀ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਲੀ ਮੈਂਕੀ ਨੇ ਅਮਰੀਕਾ ਕੈਪੀਟਲ ਉੱਤੇ ਹੋਏ ਹਥਿਆਰਬੰਦ ਵਿਦਰੋਹ ਦੀ ਨਿੰਦਾ ਕੀਤੀ ਹੈ। ਇਸ ਤੋਂ ਪਹਿਲਾਂ ਟਰੰਪ ਦੀ ਚੁੱਪੀ ਕਾਰਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀਆਂ ਅਤੇ ਵਿਦੇਸ਼ੀ ਮੁਖੀਆਂ ਨੇ ਟਰੰਪ ਨੂੰ ਘੇਰਿਆ ਸੀ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਸੀ ਕਿ ਟਰੰਪ ਨੇ ਅਹਿੰਸਾ ਭੜਕਾਈ ਹੈ। ਟਰੰਪ ਨੇ ਤਾਜ਼ਾ ਸੰਦੇਸ਼ ਵਿੱਚ ਕਿਹਾ ਕਿ 20 ਜਨਵਰੀ ਨੂੰ ਇੱਕ ਨਵਾਂ ਪ੍ਰਸ਼ਾਸਨ ਸ਼ੁਰੂ ਹੋ ਜਾਵੇਗਾ ਅਤੇ ਇਹ ਪਲ ਸ਼ਾਂਤੀ ਬਣਾਈ ਰੱਖਣ ਲਈ ਕਹਿੰਦਾ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸੰਸਦ ਵਿੱਚ ਦਾਖਲ ਹੋ ਕੇ ਹਿੰਸਾ ਕੀਤੀ ਹੈ ਉਹਨਾਂ ਨੇ ਲੋਕਤੰਤਰ ਨੂੰ ਨੁਕਸਾਨ ਪਹੁੰਚਾਇਆ। ਜੋ ਲੋਕ ਹਿੰਸਾ ਵਿੱਚ ਸ਼ਾਮਲ ਸਨ ਉਸ ਲਈ ਅਮਰੀਕਾ ਦਾ ਪ੍ਰਦਰਸ਼ਨ ਨਹੀਂ ਕਰ ਰਹੇ ਸਨ। ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਵਿੱਚ ਮੁੜ ਸ਼ਾਂਤੀ ਬਹਾਲ ਹੋਵੇ। ਅਮਰੀਕਾ ਦੇ 4 ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਜਾਰਜ ਡਬਲਿਊ ਬੁਸ਼, ਬਿਲ ਕਲਿੰਟਨ ਅਤੇ ਜਿਮੀ ਕਾਰਟਰ ਨੇ ਸੰਸਦ ਭਵਨ ਵਿੱਚ ਹੋਈ ਗੜਬੜ ਨੂੰ ਲੈ ਕੇ ਟਰੰਪ ਨੂੰ ਘੇਰਿਆ ਅਤੇ ਉਹਨਾਂ ਦੇ ਸਮਰਥਕਾਂ ਵਿਰੁੱਧ ਤਿੱਖੀ ਆਲੋਚਨਾ ਕੀਤੀ।
उन्होंने शांतमई ढंग नाल सत्ता तब्दील करन दी भी अपील की है। ओबामा ने एक बयान विच कहा कि अज की हिंसा एक मौजूदा राष्ट्रपति के उकसावे उत्ते हुई है, वो कानूनी चोण नतीजे के बारे में लगातार बेबुनियाद झूठ बोल रहे हैं। बुश ने कहा कि मैं हरकत को देख के हैरान हाँ, मैं लोगों को अपील करता कि वो देशों दीयां संस्थावां रवायतां अते कानून का सन्मान करन। क्लिंटन ने एक बयान में कहा कि साढ़े कैपिटल साढ़े संविधान अते साढ़े देश उत्ते बेमिसाल हमला किया गया, सानू इस नूं ठुकरा के एकता नाल अगे वधना चाहिए, जबकि कार्टर ने कहा कि वह दुखी ने। जिक्रयोग है कि बीती 3 नवंबर को राष्ट्रपति चोणां होईआं सन, इस विच डेमोक्रेट्स बाइडन की जित हुई सी। चोण नतीजे आउण दे 2 महीने बाद भी रिपब्लिकन पार्टी के ट्रंप ने बाइडन अगे अपनी हार नहीं मनी सी अते बेबुनियाद धांधली दे दोष लाउंदे रहे। उन्होंने चोण नतीजिया नू कई सूबे दीआं अदालतां विच चुनौती भी दित्ती सी, पर निराशा ही हथ लगी। US कैपिटल में डोनल्ड ट्रंप के समर्थकों वालों की गई हिंसा के बाद सोशल नैटवर्किंग साइट फेसबुक और इंस्टाग्राम ने वीरवार को वड्डा कदम चुकया। साइट ने डोनल्ड ट्रंप को अणमिथे समय लिए बैन कर दिता है। फेसबुक के चीफ मार्क जुकरबर्ग ने इसकी जानकारी दी है। इस तो पहला हिंसा के तुरंत बाद ट्विटर और फेसबुक ने डोनल्ड ट्रंप के अकाउंट्स को पाबंदी शुदा कर दिता सी। ट्विटर ने ट्रंप के अकाउंट को 12 घंटे लिए बैन किया सी। उन्होंने 3 ट्वीट्स को भी ब्लॉक कर दिया गया, जिन्हें कैपिटल हिल के समर्थकों संबोधित करने की वीडियो भी शामिल है। ट्विटर सुरक्षा विभाग ने दसिया कि बेमिसाल घटना और वाशिंगटन में हिंसा की स्थिति को देखते हुए सानू डोनल्ड ट्रंप के 3 ट्वीट को हटाने की लोड़ महसूस होती है, जो अज किए गए सन और साड़ी नागरिक एकता नीति का घोर उलंघन है। उत्थे फेसबुक ने कहा कि वह 2 नीतियां के उलंघन के चलते राष्ट्रपति के अकाउंट को 24 घंटे लिए मुअत्तल करेगा। फेसबुक और यूट्यूब ट्रंप की रैली नाल जुड़ियां वीडियोज़ भी हटा रहा है। एक सर्वे मुताबिक 45% रिपब्लिकना ने अमरीकी संसद उत्ते हमले का समर्थन किया। बुधवार को वर्तमान राष्ट्रपति डोनल्ड ट्रंप के समर्थकों ने उस समय संसद भवन उत्ते हमला किया जब संसद में राष्ट्रपति चोणों के नतीजे उत्ते अधिकारिक मोहर लगाने लई बहस हो रही थी। सुरक्षा कर्मचारियों ने 4 घंटिया की मेहनत तो बाद संसद भवन को प्रदर्शनकारियों को खाली करवा लिया, पर इस दौरान 4 लोगों की मौत हो गई। बाद विच सदन की कार्रवाई दोबारा शुरू हुई और जो बाइडन ते कमला हैरिस की जित उत्ते सदन ने अधिकारिक मोहर लगा दी। यू गोव नामक संस्था ने अपने सर्वे में पाया है कि जिथे एक पासे ज़्यादातर अमरीकियों ने संसद उत्ते हमले को लोकतंत्र लिए खतरा दसिया, उत्थे ही दूजे पासे इस मामले में पार्टी के आधार उत्ते लोगों की राय भी काफ़ी वक्री वेखी। संस्था ने 1397 वोटरां नाल गलबात की, जिन्हां विचों 62% ने इस हिंसा नूं लोकतंत्र लई खतरा करार दिता, जिन्हां विचों 93% डेमोक्रेटिक, 55% आजाद अते 27% रिपब्लिकन्स विचों 45% ने ट्रंप समर्थकों की हिंसक कार्रवाई नूं सही ठहराया, जबकि 43% रिपब्लिकनां ने इस नूं गलत भी करार दिता। हाल के सालों में हो सर्वे में पाया जाता है कि अमरीकी राजनीति में पार्टी के आधार उत्ते लोगों के नज़रिए भारी मतभेद देखे जा रहे हैं। राष्ट्रपति चोणों विच जित उत्ते अमरीकी संसद की अधिकारिक मोहर लगन के तुरंत बाद जो बाइडन ने मैरी गारलेंड नूं अटॉर्नी जनरल नामजद करन दा ऐलान किया। उत्थे ही भारतीय मूल की वनिता गुप्ता एसोसीएट अटॉर्नी जनरल होवेगी। बाइडन ने कहा कि संघी अपील अदालत ने जज मैरी गारलेंड अते 3 होर वकीलों नूं न्याय विभागों के उच्च अहुदियां लई चुणिया, जो एजेंसी की आज़ादी नूं बहाल करनगे अते कानून के शासन प्रति भरोसा वधाउणगे। मैरिक एक अनुभवी जज ने जो दुहाकियां तो न्याय विभाग के विच ओहदे उत्ते रह चुके ने। इस सन अज दी खास खबरां, देश विदेश दीआं होर खबरां लई तुसी देखते रहो पंजाब मिल USA TV।